ਸਿਕਲ ਆਦਬ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ੇਰਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰੰਜੀਤ ਨਿਗਾਰਾ ਵਾਚਰ ਰੰਜੀਤ ਨਿਗਾਰਾ ਰੰਜੀਤ ਨਿਗਾਰਾ ਇਸ ਦਾ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਆਫ ਮੰਟਿਕਾ ਸਿਟੀ ਕੈਲੀਫੋਰਨੀਆ ਸਟੇਟ ਯੂ ਐਸ ਏ ਜਿਹਾਂ ਜੀ ਜੀ ਅ ਸੜੀ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਪਾਕਿਸਤਾਨ ਦੇ ਵਿੱਚ ਰੀਸਟੋਰੇਸ਼ਨ ਦਾ ਵਰਕ ਕਰ ਰਹੀ ਹੈ ਜੀ ਖਾਲਸਾ ਰਾਜ ਨਾਲ ਸੰਬੰਧਿਤ ਗੁਰੂਕਰ ਔਰ ਖਾਲਸਾ ਹਿਸਟਰੀ ਨੂੰ ਵੀ ਛੋਣ ਲਈ ਜਾ ਰਹੀ ਹੈ ਬਹੁਤ ਜਲਦ ਅਸੀਂ ਤੁਹਾਨੂੰ ਗੁੱਡ ਨਿਊਜ਼ ਦਾਂਗੇ ਇਸ ਬਾਰੇ ਦੇ ਵਿੱਚ ਅਸੀਂ ਇਸ ਵੇਲੇ ਪਹੁੰਚੇ ਹੋਏ ਹਾਂ ਸ਼ਾਹੀ ਕਿਲਾ ਲਾਹੌਰ ਲਾਹੌਰ ਫੋਰਟ ਦੇ ਅੰਦਰ ਲਾਹੌਰ ਕਿਲੇ ਦੇ ਅੰਦਰ ਇਹ ਇੰਟਰਸ ਜਿਹੜੀ ਹੈ ਬੜੀ ਖਾਸ ਜਗ੍ਹਾ ਹੈ ਇਨੇ ਬਹੁਤ ਅਰੂਜ ਬਹੁਤ ਜ਼ਵਾਲ ਦੇਖੇ ਨੇ ਇਹ ਜਿਹੜੀਆਂ ਤੁਹਾਨੂੰ ਪੌੜੀਆਂ ਨਜ਼ਰ ਆ ਰਹੀਆਂ ਨੇ ਇਹ ਸਟੇਅਰਸ ਜਿਹੜੀਆਂ ਨਜ਼ਰ ਆ ਰਹੀਆਂ ਨੇ ਇਹਨੂੰ এলিਫੈਂਟ ਸਟੈਪਸ ਕਿਹਾ ਜਾਂਦਾ ਇਹਨੂੰ ਕਿਹਾ ਜਾਂਦਾ ਹੈ ਕਿ ਇਹ ਜਿਹੜੇ ਸਟੈਪਸ ਨੇ ਇੱਥੇ ਸ਼ਾਹੀ ਖਾਨਦਾਨ ਜਿਹੜੇ ਸਨ ਉਹਨਾਂ ਦੇ ਮਹਿਮਾਨ ਸ਼ਾਹੀ ਸਵਾਰੀਆਂ ਜਿਹੜੀਆਂ ਸਨ ਉਹ ਕਿੱਥੇ ਕਿਹੜੀ ਰਥ ਲੈ ਕੇ ਚੜਦੇ ਸੀ ਉੱਤੇ ਸਵਾਰੀ ਲੈ ਕੇ ਚੜਦੇ ਸੀ ਉਹ ਲੈ ਕੇ ਚੜਦੇ ਸਨ ਹਾਥੀ ਦੀ ਸਵਾਰੀ ਪਾਲਕੀ ਰੱਖੀ ਹੁੰਦੀ ਸੀ ਉਹਦੇ ਉੱਤੇ ਔਰ ਉਹਦੇ ਤੇ ਫਿਰ ਅੱਗੇ ਚੜਦੇ ਸਨ ਹਵਤ ਪਿਆ ਹੁੰਦਾ ਸੀ ਉਹਦੇ ਉੱਤੇ ਉਹ ਹੌਦ ਜਿਹੜਾ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਹੌਦ ਜਿਹੜਾ ਯੂਜ਼ ਕੀਤਾ ਸੀ ਉਹ ਕਿੱਥੇ ਪਿਆ ਹੋਇਆ ਹੈ ਲਾਹੌਰ ਮਿਊਜ਼ੀਅਮ ਦੇ ਵਿੱਚ ਅਨੇਕਾਂ ਵਾਰ ਅਸੀਂ ਤੁਹਾਨੂੰ 3 ਸਾਲ ਦੀ ਐਗਜ਼ੀਬਿਸ਼ਨ ਵਿੱਚ ਕਈ ਵਾਰ ਦਿਖਾ ਚੁੱਕੇ ਹਾਂ ਗੋਕੇ ਐ ਫੋਰਟ ਜਿਹੜਾ ਹੈ ਉਹ 2000 ਸਾਲ ਪੁਰਾਣੀ ਜਗ੍ਹਾ ਦੇ ਉੱਤੇ ਬਣਿਆ ਹੋਇਆ ਹੈ ਬਟ ਮੁਗਲ ਰਾਜ ਦੇ ਵਿੱਚ ਇਸ ਜਗ੍ਹਾ ਨੂੰ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਮਿਲਦੀ ਹੈ ਚੜ੍ਹਾਈ ਮਿਲਦੀ ਹੈ ਚੜ੍ਹਾਈ ਮਿਲਣ ਤੋਂ ਬਾਅਦ ਤੁਹਾਨੂੰ ਪਤਾ ਕਿ ਹਰ ਇੱਕ ਦਾ ਜਿਹਦਾ ਅਰੂਝ ਹੈ ਉਹਦਾ ਹੀ ਜ਼ਵਾਲ ਵੀ ਹੁੰਦਾ ਹੈ ਸੋ ਕੋਈ ਵੀ ਚੀਜ਼ ਹੈ ਕੋਈ ਵੀ ਜਗ੍ਹਾ ਹੈ ਅਗਰ ਤੁਸੀਂ ਦੇਖਦੇ ਹੋ ਕਿਸੇ ਨੂੰ ਵੀ ਕਿਸੇ ਦੇ ਵੀ ਰਾਜ ਨੂੰ ਦੇਖਦੇ ਹੋ ਤੇ ਉਹ ਕੀ ਹੁੰਦਾ ਹੈ ਆਸਤਾ ਆਸਤਾ ਉਹਦੇ ਤੇ ਡਾਊਨਫਾਲ ਆਂਦਾ ਹੈ ਸੋ ਜਿੱਥੇ ਮੁਗਲ ਰਾਜ ਨੇ ਘਟੋ ਘਟ 350 ਸਾਲ ਇਨਕਲੂਡ ਪੰਜਾਬ ਔਰ ਨਾਰਥ-ਵੈਸਟ ਐਂਡ ਸਾਊਥ ਇੰਡੀਆ ਦੇ ਅੰਦਰ ਸਬਕਾਂਟਿਨੈਂਟ ਪੂਰੇ ਕਾਂਟਿਨੈਂਟ ਦੇ ਅੰਦਰ ਕਹਿ ਲਵੋ ਤੁਸੀਂ ਜਿੱਥੇ ਰਾਜ ਕੀਤਾ ਸੀ ਉਸ ਜਗ੍ਹਾ ਦੇ ਉੱਤੇ ਅਖੀਰ ਉਸ ਸਲਤਨਤ ਦਾ ਸੂਰਜ ਹੋਇਆ ਗਰੂਬ ਜਿੱਦਾਂ ਕਿ ਕਿਹਾ ਜਾਂਦਾ ਹੈ ਕਿ ਹਰ ਅਰੂਜ ਨੂੰ ਜ਼ਵਾਲ ਹੈ ਤੇ ਸੋ ਉਹੀ ਅਰੂਜ ਨੂੰ ਜ਼ਵਾਲ ਆਇਆ ਤੇ ਫਿਰ ਉਸ ਤੋਂ ਬਾਅਦ ਚੜਾਈ ਹਾਈ ਸਿੰਘਾਂ ਦੀ ਅਗਰ ਤੁਸੀਂ ਦੇਖੋ ਲਾਹੌਰ ਦੀ ਹਿਸਟਰੀ ਵਿੱਚ ਤੇ ਪਹਿਲਾ ਅਗਰ ਤੁਸੀਂ ਕਹਿ ਲੋ ਵਾਰੀਅਰ ਜਿਹੜਾ ਹੈ ਜਾਂ ਪਹਿਲਾ ਲਾਹੌਰ ਦੇ ਉੱਤੇ ਚੜਾਈ ਕਰਨ ਵਾਲਾ ਜਿਹੜਾ ਸਿੰਘ ਹੈ ਉਹਦਾ ਨਾਮ ਹੈ ਹੱਬਾ ਕਲਾਲ ਜੀ ਹਾਂ ਜੀ ਬਾਬਾ ਹੱਬਾ ਕਲਾਲ ਔਰ ਉਸ ਤੋਂ ਬਾਅਦ ਲਾਹੌਰ ਦੇ ਤਿੰਨ ਹਿੱਸੇਦਾਰ ਆਏ ਉਸ ਤੋਂ ਬਾਅਦ ਆਏ ਜੱਸਾ ਸਿੰਘ ਆਲੂਵਾਲੀਆ ਜਿਹੜੇ ਕਿ ਲਾਹੌਰ ਦੇ ਲਾਹੌਰ ਦੇ ਉੱਤੇ ਚੜਾਈ ਕੀਤੀ ਉਹਨਾਂ ਦਾ ਪਿੰਡ ਜਿਹੜਾ ਹੈ ਉਹ ਤਕਰੀਬਨ 28 ਕਿਲੋਮੀਟਰ ਲਾਹੌਰ ਤੋਂ ਬਾਹਰ ਹੈ ਜਿਸ ਨੂੰ ਕਿ ਕਿਹਾ ਜਾਂਦਾ ਹੈ ਆਲੂ ਪਿੰਡ ਕਿਹਾ ਜਾਂਦਾ ਹੈ ਜਿਹੜਾ ਕਿ ਇਸ ਵਕਤ ਡੀ ਐਚ اے ਫੇਜ਼ 12 ਦੇ ਬਿਲਕੁਲ ਨਾਲ ਹੈ ਜਿਹੜੇ ਲੋਕ ਮੈਨੂੰ ਫੋਲੋ ਕਰਦੇ ਨੇ ਜਾਂ ਜਿਨ੍ਹਾਂ ਨੇ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਦੇਖਿਆ ਹੈ ਉਹ ਲੋਕ ਜਾਣਦੇ ਹਨ ਕਿ ਮੈਂ ਆਲੂ ਪਿੰਡ ਔਰ ਜੱਸਾ ਸਿੰਘ ਆਲੂ ਵਾਲੀਆ ਦੀ ਜਿਹੜੀ ਹਵੇਲੀ ਸੀ ਉਸ ਜਗ੍ਹਾ ਨੂੰ ਮੈਂ ਬੜੇ ਪਿਆਰੇ ਤਰੀਕੇ ਨਾਲ ਦਿਖਾ ਚੁੱਕਿਆ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੱਸਾ ਸਿੰਘ ਆਲੂ ਵਾਲੀਆ ਜ਼ਿਆਦਾ ਨਹੀਂ ਸਿਰਫ ਡੇਢ ਸਾਲ ਹੀ ਇੱਥੇ ਰਾਜ ਕਰ ਸਕੇ ਉਸ ਤੋਂ ਬਾਅਦ ਹੀ ਕਹਿ ਲਵੋ ਤੁਸੀਂ ਕਿ ਦੁਬਾਰਾ ਨਾਰਥ ਤੋਂ ਦੁਬਾਰਾ ਹਮਲੇ ਹੋਏ ਜਿੱਦਾਂ ਕਿ 14 ਹਮਲੇ ਕਿਹਾ ਜਾਂਦਾ ਹੈ ਅਬਦਾਲੀ ਦੇ ਲਾਹੌਰ ਦੇ ਉੱਤੇ ਲੁੱਟ ਮਾਰਦਾ ਬਾਜ਼ਾਰ ਲਾਹੌਰ ਦੇ ਅੰਦਰ ਗਰਮ ਸੀ ਲਾਹੌਰ ਵਾਸੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਕੁੱਲ 16 ਚਿੱਠੀਆਂ ਲਿਖੀਆਂ ਕਿ 16 ਚਿੱਠੀਆਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਲਾਹੌਰ ਨੂੰ ਹਰ ਵਾਰ ਹਰ ਮੌਸਮੇਂ ਬਹਾਰ ਔਰ ਹਰ ਮੌਸਮੇ ਸਰਮਾ ਦੇ ਸ਼ੁਰੂਦ ਵਿੱਚ ਸਰਦੀ ਦੇ ਸ਼ੁਰੂ ਵਿੱਚ ਲੁੱਟ ਲਿਆ ਜਾਂਦਾ ਸੋ ਸਾਡੀ ਹੈਲਪ ਕਰੋ ਕਿ ਪੰਜਾਬ ਵਾਸੀਆਂ ਨੂੰ ਬਾਹਰ ਤੋਂ ਆਏ ਹੋਏ ਇਨਵੇਡਰਸ ਤੋਂ ਬਚਾਇਆ ਜਾਏ ਤਾਂ ਉਸ ਚਿੱਠੀ ਦੇ ਉਤੇ ਅਮਲ ਦਰਅੰਦ ਕਰਦੇ ਹੀ ਇੱਕ ਵਾਰੀ ਲਾਹੌਰ ਦਾ ਰੋਸ਼ਨਾਈ ਗੇਟ ਜਿਹੜਾ ਕਿ ਉਸ ਵੇਲੇ ਅਸਮਾਦੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜੁੜਿਆ ਹੋਇਆ ਹੈ ਉਸ ਗੇਟ ਥਾਣੀ ਰਾਤ ਦਾ ਉਹ ਦਰਵਾਜ਼ਾ ਖੋਲ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਉੱਥੇ ਦਾਖਲ ਕੀਤਾ ਗਿਆ ਸੀ ਔਰ ਆਸਤਾ ਆਸਤਾ ਪੂਰੇ ਲਾਹੌਰ ਸ਼ਹਿਰ ਤੇ ਕਬਜ਼ਾ ਕਰ ਲਿੱਤਾ ਗਿਆ ਫਿਰ ਉਸ ਤੋਂ ਬਾਅਦ ਉਸ ਵੇਲੇ ਤਿੰਨ ਹਿੱਸੇਦਾਰ ਸਨ ਲਾਹੌਰ ਦੇ ਕੌਣ-ਕੌਣ ਸਨ ਗੁਜਰ ਸਿੰਘ ਲਾਹਨਾ ਸਿੰਘ ਔਰ ਸੋਬਾ ਸਿੰਘ ਇਹ ਡੋਨ ਫਾਲ ਆਫ ਮੋਗਲਸ ਤੋਂ ਬਾਅਦ ਦੀ ਜਿਹੜੀ ਹੈ ਹਿਸਟਰੀ ਹੈ ਉਹ ਹੈ ਜਦੋਂ ਕਿ ਚੜ੍ਹਾਈ ਹੋ ਰਹੀ ਸੀ ਖਾਲਸਾ ਪੰਥ ਦੀ ਜਾਂ ਜਿਹਨੂੰ ਆਪਾਂ ਕਹਿੰਦੇ ਆ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਸੋ ਇਹ ਰਸਤਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸੜੀਆਂ ਜਿਹੜੀਆਂ ਮੈਂ ਜਿਦਾਂ ਕਿਹਾ ਕਿ ਇਹਨੇ ਬਹੁਤ ਉਰੂਜ ਬਹੁਤ ਜ਼ਵਾਲ ਦੇਖੇ ਨੇ ਬਟ ਹਿਸਟਰੀ ਰਿਪੀਟਸ ਹਿਮਸੈਲਫ ਕਿ ਇੱਕ ਵਕਤ ਸੀਗਾ ਕਿ ਸਿੰਘਾਂ ਦੇ ਲਾਹੌਰ ਐਂਟਰੀ ਦੇ ਵਿੱਚ ਪਾਬੰਦੀ ਸੀਗੀ ਕੋਈ ਸਿੰਘ ਲਾਹੌਰ ਚ ਨਹੀਂ ਸੀ ਵੜ ਸਕਦਾ ਬਟ ਜਦੋਂ ਰਾਜ ਆਇਆ ਤੇ ਇੱਥੇ ਦਰਬਾਰ ਵੀ ਸੱਜੇ ਔਰ ਪੂਰੇ 48 ਸਾਲਾਂ ਤੱਕ ਉਹ ਖਾਲਸਾ ਰਾਜ ਜਿਹੜਾ ਸੀ ਇੱਥੇ ਹੀ ਸੱਜਦਾ ਰਿਹਾ ਸੀ ਇਹ ਕੋਟ ਇਹ ਜਿਹੜੀ ਜਗ੍ਹਾ ਸੀ ਇੱਥੋਂ ਹਾਥੀ ਦੀ ਸਵਾਰੀ ਜਿਹੜੀ ਸੀ ਲੈ ਕੇ ਉੱਤੇ ਜਾਈ ਜਾਂਦੀ ਸੀ ਚੱਲਨੇ ਹਾਂ ਉੱਤੇ ਤੇ ਦਿਖਾਉਣੇ ਆ ਤੁਹਾਨੂੰ ਕਿ ਕਿੱਥੋਂ ਕਿਸ ਤਰੀਕੇ ਦੇ ਨਾਲ ਹਾਥੀ ਚੜਦੇ ਹੁੰਦੇ ਸੀ ਜਿੱਥੇ ਸ਼ਾਹੀ ਮਹਿਮਾਨ ਜਾ ਕੇ ਉਤਰਦੇ ਸਨ ਬੇਟਾ ਜੀ ਦਿਖਾਓ ਜੀ ਹਾਂਜੀ ਜੀ ਇਸੇ ਪੈਰਾਂ ਦੇ ਉੱਤੇ ਸ਼ਾਹੀ ਸਵਾਰੀਆਂ ਜਿਹੜੀਆਂ ਸਨ ਕਦੀ ਕਦੀ ਕਹਿ ਲੋ ਤੁਸੀਂ ਪਾਲਕੀਆਂ ਤੇ ਕਦੀ ਹਾਥੀ ਦੀ ਸਵਾਰੀ ਜਿਹੜੀ ਹੈ ਉਹ ਇਸ ਜਗ੍ਹਾ ਤੇ এলিਫੈਂਟ ਫੁੱਟਸਟੈਪ ਜਿਹੜੇ ਨੇ ਉਹ ਇੱਥੇ ਹੁੰਦੇ ਸਨ ਠੀਕ ਹੈ ਜੀ ਏ ਜਾ ਕੇ ਸਿੱਧਾ ਚੈਂਬਰ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਉਹ ਉਠਕਰਾਂਦਾ ਹੈ ਜਾ ਕੇ ਸਿੱਧਾ ਬਿਲਕੁਲ ਸ਼ੀਸ਼ ਮਹਿਲੇ ਨਾਲ ਯਾਨੀ ਕਿ ਸ਼ਾਹੀ ਮਹਿਮਾਨ ਜਿਹੜੇ ਨੇ ਉਹਨਾਂ ਦਾ ਸਵਾਗਤ ਕਿਸ ਚੀਜ਼ ਤੋਂ ਕਿੱਥੇ ਕੀਤਾ ਜਾਂਦਾ ਸੀ ਆਓ ਜੀ ਅੱਜ ਜੇ ਤੁਸੀਂ ਸੋਚਦੇ ਹੋਵੋਗੇ ਕਿ ਅੱਜ ਮੈਂ ਮਹਾਰਾਜਾ ਦੇ ਗੈਟਪ ਦੇ ਵਿੱਚ ਕਿਉਂ ਆਇਆ ਮੈਂ ਪੰਜਾਬੀ ਕੌਮ ਨੂੰ ਇੱਕ ਵਾਰੀ ਫੇਰ ਉਹੀ ਦੌਰ ਯਾਦ ਕਰਵਾਉਣਾ ਚਾਹੁੰਦਾ ਹਾਂ ਜੇ ਜਦੋਂ ਪੰਜਾਬੀਆਂ ਦਾ ਰਾਜ ਸੀ ਅਖੰਡ ਪੰਜਾਬ ਦਾ ਰਾਜ ਸੀ ਖਾਲੀ ਇੱਕ ਮੰਦੇ ਦਾ ਰਾਜ ਨਹੀਂ ਸੀ ਐ ਉਹ ਪਵਿਲਿਨ ਨੇ ਜਿੰਨਾ ਦੇ ਰਸਤੇ ਨਾਲ ਜਿਉੜਿਆ ਗਿਆ ਸੀ ਸ਼ੀਸ਼ ਮਹਿਲ ਨੂੰ ਹਾਥੀ ਰਸਤੇ ਦੇ ਨਾਲ ਅਜੀ ਜੀ ਸੀ ਪਹੁੰਚ ਗਏ ਆ ਸ਼ੀਸ਼ ਮਹਿਲ ਦੇ ਬਿਲਕੁਲ ਕੋਲ ਲੇਕਿਨ ਤੁਸੀਂ ਨਜ਼ਾਰਾ ਕਰ ਸਕਦੇ ਹੋ ਕਿ ਇੱਥੇ ਗਾਈਡ ਬੋਰਡ ਲੱਗਾ ਹੋਇਆ ਹਾਤੀ ਪੈਰ ਬਾਰੂਦਖਾਨਾ ਸ਼ਾਹ ਬੁਰਜ ਦਰਵਾਜ਼ਾ ਔਰ ਸ਼ਾਹੀ ਬਵਰਚੀ ਖਾਨਾ ਯਾਨੀ ਕਿ ਰਸੋਈ ਘਰ ਜਿਹੜਾ ਕਿਚਨ ਸੀ ਮੇਨ ਪਿੱਛੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਵੱਡੀ ਜਿਹੜੀ ਹੈ ਬਿਲਡਿੰਗ ਹੈ ਉਹ ਬਾਦਸ਼ਾਹੀ ਮਸਜਿਦ ਲਾਹੌਰ ਦੀ ਔਰ ਨਾਲ ਹੀ ਤੁਹਾਨੂੰ ਸਫੈਦ ਕਲਰ ਦਾ ਜਿਹੜਾ ਗੁੰਬਦ ਨਜ਼ਰ ਆ ਰਿਹਾ ਹੈ ਸਫੈਦ ਕਲਰ ਦਾ ਜਿਹੜਾ ਗੁੰਬਦ ਨਜ਼ਰ ਆ ਰਿਹਾ ਹੈ ਉਹ ਸਮਾਦੀ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਕਹਿ ਲੋ ਤੁਸੀਂ ਕਿ ਜਿਨ੍ਹਾਂ ਨੇ ਅਖੰਡ ਪੰਜਾਬ ਦੇ ਉੱਤੇ ਸਭ ਤੋਂ ਵੱਡੇ ਪੰਜਾਬ ਦੇ ਉੱਤੇ ਜਿਨ੍ਹਾਂ ਨੇ ਹਕੂਮਤ ਕੀਤੀ ਹੈ ਜਿਹਦੀਆਂ ਦਿਵਾਰਾਂ ਤਿੱਬਤ ਦੇ ਨਾਲ ਲਦਾਖ ਦੇ ਨਾਲ ਗਿਲਗਿਤ ਬਦਲਿਸਤਾਨ ਔਰ ਇੱਕ ਸਾਈਡ ਜਿਹੜੀ ਸੀ ਉਹ ਕਾਬਲ ਦੇ ਬਿਲਕੁਲ ਨਾਲ ਜਾ ਕੇ ਟੱਚ ਕਰਦੀ ਸੀ ਔਰ ਚੌਥੀ ਜਿਹੜੀ ਸੀ ਡੇਰਾ ਜਾਤ ਔਰ ਨਾਲ ਦੀ ਨਾਲ ਤੁਸੀਂ ਕਹਿ ਸਕਦੇ ਹੋ ਕਿ ਸਾਊਥ ਪੰਜਾਬ ਦੇ ਵਿੱਚ ਜਾ ਕੇ ਜਿਹੜੇ ਸੇ ਉਹ ਮਿਲੀਆਂ ਸਨ ਗੱਲ ਇਹ ਹਿਸਟਰੀ ਦੇ ਪੱਖ ਜਿਹੜੇ ਨੇ ਅਗਰ ਤੁਸੀਂ ਕਿਲਾ ਦੇਖਦੇ ਹੋ ਮੌਜੂਦਾ ਕਿਲਾ ਜਿਹੜਾ ਤੁਹਾਨੂੰ ਪੂਰੀ ਬਿਲਡਿੰਗ ਨਜ਼ਰ ਆਉਂਦੀ ਹੈ ਇਹ ਬਿਲਡਿੰਗ ਜਿਹੜੀ ਹੈ ਮੁਗਲ Empire ਦੇ ਵਿੱਚ ਜਿਹੜੀ ਖੜੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਜਦੋਂ ਡਿਕਲਾਈਨ ਹੁੰਦਾ ਹੈ ਤੇ ਫਿਰ ਸਿਕਰਾਜ ਦਾ ਰੂਜ ਹੁੰਦਾ ਹੈ ਉਹ ਉਸ ਜਗ੍ਹਾ ਤੇ ਫਿਰ ਇਹ ਆ ਜਾਂਦਾ ਹੈ ਤੁਸੀਂ ਇਹ ਦੇਖੋ ਕਿ ਕਿੰਨੇ ਪਿਆਰੇ ਤਰੀਕੇ ਨਾਲ ਹਿਸਟਰੀ ਜਿਹੜੀ ਆਪਣੇ ਫੁੱਟਸਟੈਪਸ ਤੈਅ ਕਰਦੀ ਹੈ ਉਹ ਨਾਲ ਦੀ ਨਾਲ ਹੀ ਆਰਕੀਟੈਕਚਰ ਵੀ ਜਿਹੜਾ ਹੈ ਉਹ ਆਪਣੇ ਸਫਰ ਜਿਹੜਾ ਉਹ ਤੈਅ ਕਰਦਾ ਆਓ ਚੱਲਦੇ ਹਾਂ ਜੀ ਐਂਟਰੀ ਕਿੱਥੋਂ ਲਿੱਤੀ ਜਾਂਦੀ ਸੀ ਉਹ ਗੇਟ ਦਿਖਾਓ ਜੀ ਜ਼ਰਾ ਪਿੱਛੇ ਇਹ ਹੈ ਜੀ ਜਿਸ ਨੂੰ ਕਿ ਜਹਾਂਗੀਰੀ ਇੱਕ ਗੇਟ ਹੈ ਜੀ ਜਿਹੜਾ ਔਰੰਗਜ਼ੇਬ ਆਲਮਗੀਰ ਨੇ ਬਣਾਇਆ ਸੀ ਇਹਨੂੰ ਆਲਮਗੀਰੀ ਗੇਟ ਕਿਹਾ ਜਾਂਦਾ ਔਰ ਮਸਜਿਦ ਜਿਹੜੀ ਹੈ ਉਹਦਾ ਨਾਮ ਵੀ ਆਲਮਗੀਰੀ ਮਸਜਿਦ ਹੈ ਆਓ ਚੱਲਦੇ ਹਾਂ ਕਿ ਜਿੱਥੋਂ ਸ਼ਾਹੀ ਸਵਾਰੀ ਜਿਹੜੀ ਹੈ ਅੰਦਰ ਇੰਟਰ ਹੁੰਦੀ ਸੀ ਜਿੱਥੋਂ ਕਿ ਸ਼ਾਹੀ ਮਹਿਮਾਨ ਜਿਹੜੇ ਸਨ ਉਹ ਦਾਖਲ ਹੁੰਦੇ ਸਨ ਕਿੱਥੇ ਸ਼ੀਸ਼ ਮਹਿਲ ਦੇ ਅੰਦਰ ਕਿਸ਼ਾਨਦਨ ਹੋਏਗੀ ਇਸ ਲਈ ਜਿਸ ਲਈ ਸ਼ਾਹੀ ਪਰੋਣੇ ਜਿਹੜੇ ਨੇ ਉਹ ਜਾਂਦੇ ਹੋਣਗੇ ਆ ਇਸ ਪਵਿਲੀਅਨ ਦੇ ਅੰਦਰ ਔਰ ਹਰ ਬੰਦੇ ਨੂੰ ਤੇ ਇੱਥੇ ਆਉਣ ਦੀ ਪਰਮਿਸ਼ਨ ਨਹੀਂ ਸੀ ਹੁੰਦੀ ਬਹੁਤ ਖਾਸ ਲੋਕ ਹੀ ਇਸ ਜਗ੍ਹਾ ਨੂੰ ਵਿਜ਼ਿਟ ਕਰਦੇ ਸਨ ਔਰ ਅਗਰ ਤੁਸੀਂ ਦੇਖੋ ਤਾਂ ਮੱਥੇ ਤੇ ਵੱਜਦੀ ਹੋਈ ਜਿਹੜੀ ਬਿਲਡਿੰਗ ਹੈ ਬੀਬੀਆਂ ਦਾ ਗੁਰੂ ਘਰ ਹੈ ਠੀਕ ਹੈ ਜੀ ਬੀਬੀਆਂ ਦਾ ਗੁਰੂ ਘਰ ਹੈ ਔਰ ਮਹਾਰਾਣੀ ਜਿੰਦਕੌਰ ਦਾ ਗੁਰਦੁਆਰਾ ਜਿਹੜਾ ਹੈ ਉਹ ਬਿਲਕੁਲ ਸਟੇਟ ਸਾਹਮਣੇ ਅਗਰ ਤੁਸੀਂ ਕੈਮਰਾ ਦਿਖਾ ਸਕੋ ਮੇਰਾ ਤੇ ਮਹਾਰਾਣੀ ਜਿੰਦਕੌਰ ਦਾ ਔਰ ਬੀਬੀਆਂ ਦਾ ਜਿਹੜਾ ਗੁਰਦੁਆਰਾ ਸੀ ਉਹ ਬਣਾਇਆ ਗਿਆ ਸੀ ਕਿ ਇੱਥੇ ਸਿਰਫ ਪ੍ਰੇਅਰਸ ਵਾਸਤੇ ਜਾਂ ਪਾਠ ਵਾਸਤੇ ਸਿਰਫ ਤੀਨਿਆਂ ਔਰ ਔਰਤਾਂ ਨੂੰ ਹੀ ਪਰਮਿਸ਼ਨ ਹੁੰਦੀ ਸੀ ਉਸ ਵੇਲੇ ਔਰ ਇਹ ਇੰਟਰਸ ਹੈ ਜਿਹੜੀ ਕਿ ਜਿੱਥੋਂ ਕਿ ਮੇਨ ਕੋਟੀਆਰਡ ਲਾਹੌਰ ਦਰਬਾਰ ਜਿਹੜਾ ਸੀ ਉਹ ਸ਼ੁਰੂ ਹੁੰਦਾ ਸੀ ਜਿੱਥੋਂ ਕਿ ਮਹਾਰਾਜਾ ਔਰ ਉਸ ਤੋਂ ਪਹਿਲੇ ਮੁਗਲ ਕਿੰਗਸ ਜਿਹੜੇ ਸੀ ਆਪਣੀ ਐਂਟਰੀ ਕਰਦੇ ਸਨ ਔਰ ਕਿਆ ਕਹਾਂਗਾ ਮੈਂ ਕਿ ਇੱਕ ਵਾਰੀ ਉਹ ਗੱਲ ਜ਼ਿਹਨ ਦੇ ਛਾ ਜਾਂਦੀ ਹੈ ਕਿ ਮੀਆਂ ਮੁਹੰਮਦ ਬਖਸ਼ ਸਾਹਿਬ ਜਿਹੜੇ ਨੇ ਉਹਨਾਂ ਨੇ ਦਿ ਵਾਰ ਆਫ ਚਿਲਿਆ ਵਾਲਾ ਦੇ ਐਂਡ ਦੇ ਉੱਤੇ ਇੱਕ ਗੱਲ ਕਹੀ ਸੀ ਅਖਾਣ ਬਹੁਤ ਮਸ਼ਹੂਰ ਹੈ ਉਹ ਅਖਾਣ ਕੀ ਸੀ ਕਿ ਇੱਕ ਪੰਜਾਬੀ ਸਰਕਾਰਵਾਜੋਂ ਪੰਜਾਬੀ ਫੌਜਾਂ ਅੰਤ ਤੇ ਜਿੱਤ ਕੇ ਹਾਰੀਆਂ ਜੀ ਬਿਲਕੁਲ ਚਿਲੀਆਂ ਵਾਲਾਂ ਤੋਂ ਬਾਅਦ ਜਿਹੜਾ ਸੀ ਉਹ ਖਾਲਸਾ ਰਾਜ ਆਲਮੋਸਟ 90% ਜਿਹੜਾ ਸੀ ਖਤਮ ਹੋ ਚੁੱਕਿਆ ਸੀ ਔਰ ਉਸ ਤੋਂ ਬਾਅਦ ਦੋ ਤਿੰਨ ਬੈਟਲਸ ਹੋਰ ਛੋਟੀਆਂ-ਛੋਟੀਆਂ ਹੋਈਆਂ ਔਰ ਖਾਲਸਾ ਰਾਜ ਜਿਹੜਾ ਸੀ ਉਹ ਐਂਡ ਦੀ ਤਰਫ ਚਲਾ ਗਿਆ ਚੱਲਦੇ ਹਾਂ ਅੰਦਰ ਤੇ ਤੁਹਾਨੂੰ ਅਸੀਂ ਅਰੂਜ ਵਰਜ਼ਵਾਲ ਦੀਆਂ ਕਹਾਣੀਆਂ ਔਰ ਉਹ ਖੂਬਸੂਰਤ ਪਵਿਲਿਅਨ ਜਿਹਦਾ ਜ਼ਿਕਰ ਜਿੰਨੂੰ ਸੋਨੇ ਦੀ ਚਿੜੀ ਜਿੰਨੂੰ ਗੋਲਡ ਥਰೋನ್ ਜਿੰਨੂੰ ਤਖਤ ਲਾਹੌਰ ਜਿੰਨੂੰ ਲਾਹੌਰ ਦਰਬਾਰ ਤੇ ਉੱਚੇ ਬੁਰਜ ਲਾਹੌਰ ਦੇ तमाम ਨਾਮਾਂ ਦੇ ਨਾਲ ਬੁਕਰਿਆ ਜਾਂਦਾ ਰਿਹਾ ਉਹ ਇਹੀ ਬਿਲਡਿੰਗ ਹੈ ਜਿਹੜੀ ਕਿ ਇਹ ਸਥਾਨਾ ਕਿ ਜਿੱਥੋਂ ਤੁਸੀਂ ਦਾਖਲ ਹੁੰਦੇ ਹੋ ਚੱਲਦੇ ਹਾਂ ਅੰਦਰ ਤੇ ਫਿਰ ਤੁਹਾਨੂੰ ਦਿਖਾਉਨੇ ਆਂ ਅੱਜ